ਸਤ ਨਾਮ ਵਾਹਿਗੁਰੂ ਸਾਹਿਬ ਜੀਓ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕਹੇ ਤੋ ਪੁਰ ਜਾ ਪੁਰ ਜਾ ਕਟ ਮਰੇ ਕਬ ਹੂੰ ਨਾ ਛਾੜੇ ਖੇਤ ਗगनਧ ਮਾਮਾ ਬਾਜਿਓ ਪਰਿਓ ਨਿਸ਼ਾਨ ਘਾਓ ਹੇਤ ਜੋ ਮੰਡਿਓ ਸੁਰਮਾ ਅਬ ਜੂ ਜਨ ਕਾ ਦਾਓ ਧীন ਦੁਨੀਆ ਦੇ ਪਾਤਸ਼ਾ ਦੋ ਜਹਾਨਾਂ ਦੇ ਵਾਲੀ ਸਦਾ ਕਾਇਮ ਰਹਿਣ ਵਾਲੀ ਹਸਤੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਦੇ ਗੁਰਬਾਖ ਅਨਸਾਰ ਸਿੱਖ ਇਤਿਹਾਸ ਦੇ ਲਾਸਾਨੀ ਅਤੇ ਅਦੁੱਤੀ ਪੰਨਿਆਂ ਦੇ ਨਾਲ ਜੁੜਨ ਦਾ ਸੁਭਾਗਾ ਸਮਾਪਤ ਹੋਇਆ ਹੈ। ਕਲਗੀਧਰ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਤਵਾਰੀਖ ਦੇ ਅੰਦਰ ਕਲੂਕਾਰਾ ਲਫ਼ਜ਼ ਤਿੰਨ ਵਾਰ ਆਉਂਦਾ ਹੈ। ਪਹਿਲਾ ਤੇ ਛੋਟਾ ਕੱਲੂ ਕਾਰਾ ਗੁਰਦਾਸਪੁਰ ਦੇ ਨੇੜੇ ਕਾਨੂੰਵਾਨ ਦੀ ਸ਼ੰਭ ਦੇ ਅੰਦਰ ਵਾਪਰਦਾ ਜਿੱਥੇ ਖੱਤਰੀ ਭਰਾ ਸਨ ਜਿਹੜੇ ਲਖਪਤ ਰਾਏ ਤੇ ਜਸਪਤ ਰਾਏ ਜਸਪਤ ਰਾਏ ਦੀ ਮੌਤ ਤੋਂ ਬਾਅਦ ਬਦਲੇ ਦੀ ਅੱਗ ਦੇ ਵਿੱਚ ਅੰਨਾ ਹੋਇਆ ਲਖਪਤ ਰਾਏ ਹਕੂਮਤ ਦੇ ਨਾਲ ਮਿਲ ਕੇ ਸਿੱਖਾਂ ਦੇ ਉੱਤੇ ਅਸਹਿ ਤੇ ਅਕੈ ਜ਼ੁਲਮ ਕਰਦਾ ਹੈ ਇੱਕ ਦਿਨ ਦੇ ਅੰਦਰ 10 ਤੋਂ 15 ਹਜ਼ਾਰ ਸਿੱਖ ਸ਼ਹੀਦ ਹੁੰਦੇ ਨੇ ਉਸ ਨੂੰ ਛੋਟਾ ਕੱਲੂਕਾਰਾ ਆਖਿਆ ਜਾਂਦਾ ਹੈ ਦੂਸਰਾ ਤੇ ਵੱਡਾ ਕੱਲੂਕਾਰਾ ਸਨ 1762 ਫਰਵਰੀ ਮਹੀਨੇ ਦੇ ਅੰਦਰ ਕੋਪਰਹੀੜਾ ਮਲੇਰ ਕੋਟਲੇ ਦੇ ਲਾਗੇ ਵਾਪਰਦਾ ਜਿੱਥੇ ਕਿ ਇੱਕ ਦਿਨ ਦੇ ਵਿੱਚ 30 ਤੋਂ 35 ਹਜ਼ਾਰ ਲਗਭਗ ਸਿੰਘ ਸਿੰਘਣੀਆਂ ਪਚੰਗੀ ਸ਼ਹੀਦ ਹੁੰਦੇ ਨੇ ਤੇ ਜਿਹੜਾ ਤੀਸਰਾ ਖੱਲੂ ਘਾਰਾ ਹੈ ਉਹ 1978 ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਰੂਪਾਂ ਦੇ ਅੰਦਰ ਹਕੂਮਤ ਦੇ ਵੱਲੋਂ ਸਾਡੀ ਕੌਮ ਦੇ ਉੱਤੇ ਜੋ ਜ਼ੁਲਮ ਤੇ ਸਤਮ ਕੀਤੇ ਜਾ ਰਹੇ ਨੇ ਉਹ ਵਾਪਰ ਰਿਹਾ ਹੈ ਖੱਲੂ ਘਾਰਾ ਕੀ ਹੈ ਕੱਲੂ ਘਾਰਾ ਅਫਗਾਨਿਸਤਾਨ ਦੀ ਬੋਲੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਸਰਵਨਾਸ਼ ਬਹੁਤ ਵੱਡਾ ਨੁਕਸਾਨ ਹੋ ਜਾਣਾ ਜਾਨੀ ਨੁਕਸਾਨ ਖਤਮ ਹੋ ਜਾਣਾ ਜਦੋਂ ਕੁਝ ਬਚੇ ਹੀ ਨਾ ਉਸ ਨੂੰ ਕਹਿੰਦੇ ਸੀ ਕੱਲੂ ਘਾਰਾ ਹੋ ਗਿਆ ਅੱਜ ਆਪਾਂ ਗੱਲ ਕਰਾਂਗੇ ਵੱਡੇ ਕੱਲੂ ਘਾਰੇ ਦੀ ਪਰ ਵੱਡਾ ਕੱਲੂ ਘਾਰਾ ਵਾਪਰਿਆ ਕਿਉਂ ਇਹਦੀ ਤਹਿ ਦੇ ਵਿੱਚ ਕੀ ਕਾਰਨ ਸਨ ਤਾ ਆਪਾਂ ਨੂੰ ਤਾਰੀਖ ਦੇ ਨਾਲ ਜੁੜਨਾ ਪਵੇਗਾ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਹ ਜਿਹੜਾ ਮੁਲਕ ਜਿਸ ਨੂੰ ਉਹਨਾਂ ਸਮਿਆਂ ਦੇ ਵਿੱਚ ਹਿੰਦੁਸਤਾਨ ਆਖਿਆ ਜਾਂਦਾ ਸੀ ਪਰ ਹਿੰਦੁਸਤਾਨ ਦੇ ਅੰਦਰ ਅਨੇਕਾਂ ਹੀ ਛੋਟੀਆਂ-ਛੋਟੀਆਂ ਰਿਆਸਤਾਂ ਵੱਖੋ-ਵੱਖਰੇ ਮੁਲਕ ਸਨ ਤੇ ਵੰਡੇ ਹੋਣ ਦੇ ਕਾਰਨ ਇੱਥੇ ਮੁਹੰਮਦ ਬਿਨ ਕਾਸਮ ਤੋਂ ਹਮਲਿਆਂ ਦੀ ਸ਼ੁਰੂਆਤ ਹੋਈ ਮਹਿਮੂਦ ਗਜ਼ਨਵੀ ਵਰਗੇ ਆਏ ਭਾਵੇਂ ਕਿ ਹਮਲਾਵਰ ਜਿਹੜੇ ਸਨ ਉਹਨਾਂ ਦੀਆਂ ਫੌਜਾਂ ਦੀ ਕੋਈ ਵੱਡੀ ਗਿਣਤੀ ਨਹੀਂ ਸੀ ਹੁੰਦੀ ਮੁਹੰਮਦ ਬਿਨ ਕਾਸਿਮ ਜਿਸ ਵੇਲੇ ਹਮਲਾ ਕਰਦਾ ਕਹਿੰਦੇ ਉਹਦੇ ਜਿਹੜੇ ਜੰਗੂ ਲੜਾਕੇ ਸਨ ਉਹਨਾਂ ਦੀ ਗਿਣਤੀ ਤੇ ਉਂਗਲਾਂ ਤੇ ਗਿਣੀ ਜਾ ਸਕਦੀ ਸੀ ਪਰ ਉਹਨਾਂ ਨੇ ਇਸ ਮੁਲਕ ਦੇ ਲੋਕਾਂ ਨੂੰ ਰਾਜ ਕੇ ਲੁੱਟਿਆ ਕੁੱਟਿਆ ਅਤੇ ਇਥੋਂ ਦੀ ਇੱਜ਼ਤ ਆਬਰੂ ਨੂੰ ਆਪਣੇ ਮੁਲਕ ਦੇ ਅੰਦਰ ਲੈ ਕੇ ਚਲੇ ਗਏ ਇਸ ਦੇਸ਼ ਦੇ ਲੋਕ ਇਤਨੇ ਜ਼ਿਆਦਾ ਬੇਅਣਖੇ ਬੇਗਰਤ ਹੋ ਚੁੱਕੇ ਸਨ ਕਿ ਕਰੋੜਾਂ ਦੇ ਵਿੱਚ ਹੋਣ ਦੇ ਬਾਵਜੂਦ ਇਹ ਮੁਹੰਮਦ ਬਿਨ ਕਾਸਿਮ ਮਹਿਮੂਦ ਗਾਜ਼ਨਵੀ ਤੈਮੂਰ ਲੰਗ ਵਰਗਿਆਂ ਦੇ ਹਮਲਿਆਂ ਦਾ ਕਦੀ ਸਿੱਧਾ ਜਵਾਬ ਨਾ ਦੇ ਸਕੇ ਜਾਣ ਤੇ ਪਹਿਲਾਂ ਹੀ ਹਾਰ ਮੰਨ ਜਾਂਦੇ ਤੇ ਜੇ ਕਿਤੇ ਮਦਾਨੇ ਯੰਗ ਦੇ ਵਿੱਚ ਆ ਜਾਂਦੇ ਤੇ ਵਹਿਮਾਂ ਦੇ ਅਧੀਨ ਮદાન ਛੱਡ ਕੇ ਚਲੇ ਜਾਂਦੇ ਸਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਬਾਬਰ ਨੇ ਹਮਲਾ ਕੀਤਾ ਤਵਾਰੀਖ ਦੇ ਅੰਦਰ ਪਹਿਲੀ ਵਾਰੀ ਸੀ ਕਿ ਇਸ ਖਿੱਤੇ ਦੇ ਅੰਦਰ ਕਿਸੇ ਨੇ ਬਾਬਰ ਨੂੰ ਜ਼ਾਬਰ ਆਖਿਆ ਤੇ ਆਪਣੀ ਬਾਣੀ ਦੇ ਵਿੱਚ ਅੰਕਿਤ ਕੀਤਾ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨ ਵੇ ਲਾ ਲੋ ਬਾਬਰ ਦੀ ਫੌਜ ਦੀ ਤੁਲਨਾ ਪਾਪ ਦੀ ਜੰਝ ਦੇ ਨਾਲ ਕੀਤੀ ਗਈ ਭਾਵੇਂ ਕਿ ਉਸ ਵੇਲੇ ਸਿੱਖ ਪੰਥ ਦੀ ਸ਼ੁਰੂਆਤ ਸੀ ਪਰ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜ਼ਾਵਰ ਆਖ ਕੇ ਐਲਾਨ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਇਹ ਵਖ ਵਖ ਹਮਲਾਵਾਂ ਜਾਬਰਾਂ ਅਤੇ ਜ਼ਾਲਮਾਂ ਦਾ ਮੂੰਹ ਤੋੜ ਜਵਾਬ ਦਿਆ ਕਰਨਗੇ। ਇਹ ਹੀ ਕਾਰਨ ਹੈ ਕਿ ਬਾਬਰ ਦਾ ਰਾਜ ਭਾਵੇਂ ਸਥਾਪਿਤ ਹੋਇਆ ਮੁਗਲ ਸ਼ੈਨ ਸ਼ਾਈ ਪਰ ਮੁਗਲ ਸ਼ੈਨ ਸ਼ਾਈ ਦੇ ਹਿੰਦੂਸਤਾਨ ਦੇ ਵਿੱਚੋਂ ਜਿਹੜੇ ਪੈਰ ਪੁੱਟੇ ਗਏ ਉਹਨਾਂ ਦੀਆਂ ਜਿਹੜੀਆਂ ਜੜਾਂ ਹਲਾਈਆਂ ਗਈਆਂ ਉਹਦੇ ਕਾਰਨ ਪ੍ਰਮੁੱਖ ਤੌਰ ਦੇ ਉੱਤੇ ਸਿੱਖ ਬਣੇ ਇੱਕ ਸਿੱਖ ਪੰਥ ਬਣੀ ਹੈ। ਮੁਗਲੀਆਂ ਹਕੂਮਤ ਕਮਜ਼ੋਰ ਪੈਣ ਤੋਂ ਬਾਅਦ ਇਥੇ ਜਿਹੜੇ ਹਮਲਾਵਰ ਆਉਂਦੇ ਨੇ ਉਹਨਾਂ ਦੇ ਵਿੱਚ ਫਿਰ ਨਾਦਰ ਸ਼ਾਹ ਹੈ ਪਰ ਆਪਾਂ ਸਾਰੇ ਜਾਣਦੇ ਆ ਕਿ ਨਾਦਰ ਸ਼ਾਹ ਜਦੋਂ ਹਮਲਾ ਕਰਦਾ ਸੀ ਪੰਜਾਬ ਦੇ ਵਿੱਚੋਂ ਦੀ ਲੰਘਦਾ ਸੀ ਤੇ ਗੁਰੂ ਕੇ ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਆ ਮਜ਼ਲੂਮਾਂ ਗਰੀਬਾਂ ਅਬਲਾਵਾਂ ਦੀ ਮਦਦ ਕਰਨ ਦੇ ਲਈ ਅਧੀ ਅਧੀ ਰਾਤ ਨੂੰ 12 12 ਵਜੇ ਨਾਦਰ ਸ਼ਾਹ ਵਰਗਿਆਂ ਦੇ ਉੱਤੇ ਹਮਲੇ ਕਰਦੇ ਤੇ ਉਸ ਦੇ ਕੋਲੋਂ ਇਸ ਮੁਲਕ ਦੀ ਇੱਜ਼ਤ ਆਬਰੂ ਨੂੰ ਬਚਾ ਲੈਂਦੇ ਸਨ ਉਸ ਵੇਲੇ ਇਹ ਮਹਾਵਰੇ ਬਣੇ ਸ਼ਈ ਗਈ ਰਨ ਗਈ ਬਸਰੇ ਨੂੰ ਗਈ ਮੋੜੀ ਬਾਬਾ ਡਾਂਗ ਵਾਲਿਆ ਮੋੜੀ ਬਾਬਾ ਕਸ਼ ਵਾਲਿਆ ਰਾਤ ਦੇ 12 ਵਜਣੇ ਤੇ ਗੁਰੂ ਕੇ ਸਿੰਘਾਂ ਨੇ ਨਾਦਰ ਸ਼ਾਹ ਵਰਗੇ ਜ਼ਾਲਮ ਤੇ ਜ਼ਰਵਾਣੀਆਂ ਦੇ ਮੂੰਹ ਭੰਨਣ ਚਲੇ ਜਾਣਾ ਉਦੋਂ ਹੀ ਇਹ ਕਹਾਣੀਆਂ ਪ੍ਰਚਲਿਤ ਹੋਈਆਂ ਸੀ ਕਿ ਸਿੰਘਾਂ ਦੇ 12 ਵਜ ਗਏ ਨੇ ਅਸਲ ਦੇ ਵਿੱਚ ਇਹ ਚੜ੍ਹਦੀ ਕਲਾ ਦਾ ਲਖਬ ਹੈ ਸਾਡੇ ਵਾਸਤੇ ਕਿ 12 ਵਜੇ ਦੇ ਨਾਲ ਖਾਲਸਾ ਪੰਥ ਸਿੱਖ ਪੰਥ ਨਿਮਾਣੀਆਂ ਤੇ ਨਿਤਾਣੀਆਂ ਦੀ ਢਾਲ ਬਣ ਕੇ ਉਹਨਾਂ ਦੀ ਇੱਜ਼ਤ ਆਬਰੂ ਨੂੰ ਲੁਟੇਰਿਆਂ ਦੇ ਕੋਲੋਂ ਵਾਪਸ ਲੈ ਕੇ ਬਾਹ ਹਿਫਾਜ਼ਤ ਉਨ੍ਹਾਂ ਦੇ ਘਰੋਂ ਘਰੀ ਵਾਪਸ ਤੋਰਦੇ ਰਹੇ ਤੁਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੇ ਲਿਖੇ ਨਾਵਲ ਸੁੰਦਰੀ ਨੂੰ ਪੜੋ ਕਿੱਦਾਂ ਦੇ ਹਾਲਾਤ ਸਨ ਉਸ ਵੇਲੇ ਪਰ ਗੁਰੂ ਕੇ ਸਿੱਖਾਂ ਨੇ ਆਪਣੇ ਮੁੱਢ ਕਦੀਮੀ ਸੁਭਾਅ ਦੇ ਮੁਤਾਬਕ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕੀਤੀ ਤੇ ਤੇਗ ਦੇ ਨਾਲ ਜਰਵਾਣੀਆਂ ਦੀ ਪੱਖਿਆ ਕੀਤੀ ਹੈ ਨਾਦਰ ਸ਼ਾਹ ਤੋਂ ਬਾਅਦ ਗਜ਼ਨੀ ਵਾਲੇ ਪਾਸੇ ਹੋਈ ਅਹਿਮਦ ਸ਼ਾਹ ਅਬਦਾਲੀ ਆਉਂਦੇ ਅਹਿਮਦ ਸ਼ਾਹ ਬਦਾਲੀ ਦੇ ਬਾਰੇ ਲਿਖਿਆ ਹੈ ਕਿ 20 ਸਾਲ ਦੀ ਉਮਰ ਦੇ ਅੰਦਰ ਇਹ ਰਾਜ ਤਖਤ ਦੇ ਉੱਤੇ ਬੈਠਦਾ ਹੈ ਇਹਦੇ ਅੰਦਰ ਜਿੱਥੇ ਰਾਜ ਸੱਤਾ ਦਾ ਬਹੁਤ ਜ਼ਿਆਦਾ ਹੰਕਾਰ ਸੀ ਉਥੇ ਇਹਦੇ ਅੰਦਰ ਦੁਨੀਆ ਭਰ ਦੀ ਦੌਲਤ ਨੂੰ ਇਕੱਠਾ ਕਰਨਾ ਉਹਨੂੰ ਜੋੜਨਾ ਧਨ ਨੂੰ ਇਕੱਠਾ ਕਰਨ ਦੀ ਲਾਲਸਾ ਸੀ ਬੇਨਤੀ ਮੈਂ ਕਰ ਰਿਹਾ ਕਿ ਵੱਡਾ ਘੱਲੂ ਘਾਰਾ ਵਾਪਰਦਾ ਕਿਉਂ ਹੈ ਉਹ ਕੋਈ ਇੱਕ ਦਿਨ ਦੇ ਵਿੱਚ ਵਾਪਰਨ ਵਾਲੀ ਘਟਨਾ ਨਹੀਂ ਐ ਭੀ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ। ਉਹਦੇ ਜਿਹੜੇ ਮੂਲ ਕਾਰਨ ਨੇ ਉਹ ਪਿੱਛੇ ਪੈ ਸਨ। ਅਹਿਮਦ ਸ਼ਾਹ ਅਬਦਾਲੀ 20 ਸਾਲ ਦੀ ਉਮਰ ਦੇ ਵਿੱਚ ਤਖਤ ਦੇ ਉੱਤੇ ਬਹਿ ਕੇ ਇਸ ਮੁਲਕ ਨੂੰ ਲੁੱਟਣ ਦੇ ਲਈ ਕਈ ਹਮਲੇ ਕਰਦਾ ਹੈ। ਕਈ ਵਾਰੀ ਉਹਨੇ ਮੁਲਕ ਨੂੰ ਲੁੱਟਿਆ ਤੇ ਕੁੱਟਿਆ ਪਰ ਉਹਦੇ ਅੱਗੇ ਕੋਈ ਅੜ ਨਹੀਂ ਸਕੇ। ਸਨ 1761 ਜਨਵਰੀ ਦੇ ਅੰਦਰ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਮੁਗਲਾਂ ਦੇ ਕਮਜ਼ੋਰ ਪੈਣ ਤੋਂ ਬਾਅਦ ਦੋ ਵੱਡੀਆਂ ਤਾਕਤਾਂ ਸਨ ਇੱਕ ਸਨ ਮਰਾਠੇ ਜਿਨ੍ਹਾਂ ਨੂੰ ਆਪਾਂ ਆਪਣੀ ਠੇਠ ਬੋਲੀ ਦੇ ਵਿੱਚ ਮਰਾਟੇ ਵੀ ਕਹਿ ਦਿੰਨੇ ਆ ਪੰਜਾਬੀ ਦੇ ਅੰਦਰ ਇੱਕ ਸੀ ਮਰਾਠੇ ਤੇ ਦੂਜੇ ਸਨ ਸਿੱਖ ਮਰਾਠਿਆਂ ਦਾ ਦਬਦਬਾ ਵੀ ਵੱਧ ਰਿਹਾ ਸੀ ਮਰਾਠਿਆਂ ਦੇ ਨਾਲ ਉਨ੍ਹਾਂ ਦੇ ਆਪਣੇ ਮੁਲਕ ਜੋ ਹੁਣ ਮਹਾਰਾਸ਼ਟਰ ਹੈ ਜਿਹਨੂੰ ਮਰਾਠਵਾੜਾ ਉਦੋਂ ਕਿਹਾ ਜਾਂਦਾ ਸੀ ਉਨ੍ਹਾਂ ਦੇ ਮੁਲਕ ਤੋਂ ਕਿਤੇ ਦੂਰ ਪਾਣੀਪੱਤ ਦੇ ਮੈਦਾਨ ਦੇ ਅੰਦਰ ਮਰਾਠੇ ਯੋਧੇ ਜਿਹੜੇ ਸਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜਨ ਦੇ ਵਾਸਤੇ ਤਿਆਰ ਬਰ ਤਿਆਰ ਹੋ ਕੇ ਆ ਗਏ ਬਹੁਤ ਤਗੜੀ ਫੌਜ ਸੀ ਮਰਾਠਿਆਂ ਦੀ ਲੜਾਕੂ ਸਨ ਯੋਧੇ ਸਨ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਨਾਲ ਜਿੰਨੂੰ ਪਾਣੀਪਤ ਦੀ ਤੀਜੀ ਲੜਾਈ ਆਖਿਆ ਜਾਂਦਾ ਹੈ ਪਾਣੀਪਤ ਦੇ ਮੈਦਾਨ ਦੇ ਅੰਦਰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੀ ਤਗੜੀ ਯੰਗ ਹੁੰਦੀ ਹੈ ਬਹੁਤ ਲੋਕ ਮਾਰੇ ਗਏ ਪਰ ਇੱਥੇ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਦਿੰਦਾ ਹੈ ਅਹਿਮਦ ਸ਼ਾਹ ਅਬਦਾਲੀ ਭਾਵੇਂ ਕਿ ਮਰਾਠੇ ਲੜਨ ਵਾਸਤੇ ਹੀ ਆਏ ਸੀ ਬੇਨਤੀ ਮਾਂ ਕਰ ਰਹੇ ਆ ਕਿ ਸਿੱਖਾਂ ਦੇ ਨਾਲ ਜੋ ਕੁਝ ਵਾਪਰਦਾ ਹੈ ਵੱਡੇ ਘੱਲੂ ਘਾਰੇ ਦੇ ਵਿੱਚ ਉਹਦੀ ਤੁਲਨਾ ਕਿਸੇ ਵੀ ਯੁੱਧ ਦੇ ਨਾਲ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਜਦੋਂ ਸਿੰਘ ਘਿਰਦੇ ਨੇ ਪਰਿਵਾਰ ਨਾਲ ਸੀ ਬੀਬੀਆਂ ਨਾਲ ਸੀ ਜਦੋਂ ਮਰਾਠੇ ਪਾਣੀਪਤ ਦੇ ਮੈਦਾਨ ਦੇ ਵਿੱਚ ਲੜਦੇ ਆ ਉਸ ਵੇਲੇ ਉਹ ਸਿਰਫ ਲੜਨ ਦੇ ਵਾਸਤੇ ਆਏ ਆ ਮੈਦਾਨੇ ਯੰਗ ਦੇ ਵਿੱਚ ਆਏ ਆ ਸਾਰੇ ਇੰਨੇ ਖਤਮ ਹੋਏ ਹੋ ਅਜੇ ਉਹਨਾਂ ਦਾ ਮਗਰ ਮੁਲਕ ਪਿਆ ਸੀ ਉਹਨਾਂ ਦੇ ਮੁਲਕ ਦੇ ਵਿੱਚ ਬੜੇ ਮਰਾਠੇ ਪੈਸਨ ਪਰ ਪਾਣੀ ਪੱਤ ਦੇ ਮੈਦਾਨ ਦੇ ਅੰਦਰ ਮਰਾਠਾ ਕੌਮ ਨੂੰ ਅਹਿਮਦ ਸ਼ਾਹ ਅਬਦਾਲੀ ਲੱਕ ਤੋੜਵੀਂ ਹਾਰ ਦਿੰਦਾ ਹੈ ਇਹਨਾਂ ਨੂੰ ਹਰਾਉਣ ਤੋਂ ਬਾਅਦ ਉਹਨੇ ਫੇਰ ਪੂਰੇ ਮੁਲਕ ਨੂੰ ਲੁੱਟਿਆ ਤੇ ਕੁੱਟਿਆ ਕਿਸੇ ਦੇ ਅੰਦਰ ਹਿੰਮਤ ਨਹੀਂ ਸੀ ਕਿ ਉਸ ਨੂੰ ਰੋਕ ਸਕੇ ਤੇ ਰੋਕ ਕੇ ਉਹਦੇ ਨਾਲ ਦੋ ਹੱਥ ਕਰਦਾ ਜਾਵੇ ਪਰ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਦੇਣ ਤੋਂ ਬਾਅਦ ਮੁਲਕ ਨੂੰ ਲੁੱਟਣ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਦੋਂ ਦੇਸ਼ ਪੰਜਾਬ ਦੇ ਵਿੱਚੋਂ ਦੀ ਲੰਘ ਰਿਹਾ ਸੀ ਤੇ ਦੇਸ਼ ਪੰਜਾਬ ਦੇ ਵਾਰਸਾਂ ਨੇ ਸਰਦਾਰ ਜਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸ਼ੁਕਰ ਚੱਕੀਏ ਇਹਨਾਂ ਦੀ ਅਗਵਾਈ ਦੇ ਅੰਦਰ ਅਹਿਮਦ ਸ਼ਾਹ ਅਬਦਾਲੀ ਦੀ ਜਿਹੜੀ ਫੌਜ ਹੈ ਉਹਦੀ ਫੌਜ ਦੇ ਪੈਰਾਂ ਦੇ ਹੇਠ ਅੰਗਿਆਰੇ ਰੱਖ ਦਿੱਤੇ ਉਹਨੂੰ ਪੰਜਾਬ ਦੇ ਵਿੱਚੋਂ ਦੀ ਲੰਘਣਾ ਔਖਾ ਹੋ ਗਿਆ ਉਹਨੇ ਜੋ ਕੁਛ ਮੁਲਕ ਦੇ ਵਿੱਚੋਂ ਲੁੱਟਿਆ ਸੀ ਸਿੰਘਾ ਨੇ ਉਹਦੇ ਕੋਲੋਂ ਖੋਲਿਆ ਮੁਲਕ ਦੀ ਇੱਜ਼ਤ ਆਬਰੂ ਨੂੰ ਵਾਪਸ ਲੈ ਲਿਆ ਬਾਹ ਹਿਫਾਜ਼ਤ ਉਹਨਾਂ ਨੂੰ ਘਰੋਂ ਘਰੀ ਪਹਚਾਇਆ ਅਹਿਮਦ ਸ਼ਾਹ ਅਬਦਾਲੀ ਬੁਰੇ ਹਾਲ ਆਪਣੇ ਆਪ ਨੂੰ ਬਚਦਾ ਬਚਾਉਂਦਾ ਲਾਹੌਰ ਪਹੁੰਚਦਾ ਲਾਹੌਰ ਤੋਂ ਆਪਣੇ ਮੁਲਕ ਦੇ ਅੰਦਰ ਪਹੁੰਚਦਾ ਉਸ ਦੇ ਮਨ ਅੰਦਰ ਏਸ ਲੜਾਈ ਤੋਂ ਬਾਅਦ ਜਿਹੜੀ ਕਿ ਸਿੱਖਾਂ ਨੇ ਅਧੀਆਂ-ਅਧੀਆਂ ਰਾਤਾਂ ਨੂੰ ਅਹਿਮਦ ਸ਼ਾਹ ਬਦਾਲੀ ਨੂੰ ਦਿੱਤੀਆਂ ਇਹਨਾਂ ਲੜਾਈਆਂ ਤੋਂ ਬਾਅਦ ਉਹਦੇ ਮਨ ਦੇ ਅੰਦਰ ਸਿੱਖਾਂ ਦੇ ਪ੍ਰਤੀ ਬਹੁਤ ਜ਼ਿਆਦਾ ਦੁਸ਼ਮਣੀ ਤੇ ਵੈਰ ਭਾਵਨਾ ਵਧੀ ਹੈ। ਇਹੀ ਕਾਰਨ ਹੈ ਤਵਾਰੀਖ ਦੇ ਅੰਦਰ ਲਿਖਿਆ ਹੈ ਕਿ ਜਿਸ ਵੇਲੇ ਅਹਿਮਦ ਸ਼ਾਹ ਆਪਣੀ ਮੁਲਕ ਦੇ ਅੰਦਰ ਆਪਣੇ ਦੇਸ਼ ਦੇ ਅੰਦਰ ਵੜਿਆ ਤਾਂ ਉਹਨੇ ਇੱਕ ਵੱਡੇ ਫੌਜਦਾਰ ਨੂਰਦੀਨ ਨੂੰ 16000 ਬੰਦਾ ਦੇ ਕੇ ਆਖਿਆ ਕਿ ਜਾਓ ਹੁਣੇ ਹੀ ਸਿੱਖ ਕੌਮ ਦਾ ਖਾਲਸਾ ਕੌਮ ਦਾ ਮਲੀਆ ਮੇਟ ਕਰ ਦਿਓ ਜਿਸ ਮੁਲਕ ਦੇ ਅੰਦਰ ਮੈਨੂੰ ਕੋਈ ਨਹੀਂ ਸੀ ਰੋਕ ਸਕਿਆ ਦੇਸ਼ ਪੰਜਾਬ ਦੇ ਅੰਦਰ ਇਹਨਾਂ ਖਾਲਸਾ ਫੌਜਾਂ ਨੇ ਮੇਰਾ ਬੁਰਾ ਹਾਲ ਕਰ ਦਿੱਤਾ ਹੈ ਨੂਰਦੀਨ ਆਖਦੇ ਨੇ ਕਿ 16000 ਬੰਦਾ ਲੈ ਕੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਆ ਰਿਹਾ ਸੀ ਬੇਨਤੀ ਮੈਂ ਕਰ ਰਿਹਾ ਕਿ ਵੱਡਾ ਘੱਲੂ ਘਰਾ ਕਿਉਂ ਵਾਪਰਦਾ ਨੂਰਦੀਨ ਬਹੁਤ ਵੱਡਾ ਲਾਮ ਲਸ਼ਕਰ ਲੈ ਕੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਆ ਰਿਹਾ ਸੀ ਕਿ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਉਹ ਉਹਨੂੰ ਸਿਆਲਕੋਟ ਦੇ ਨੇੜੇ ਟੱਕਰ ਜਾਂਦਾ ਹੈ ਸਰਦਾਰ ਚੜਤ ਸਿੰਘ ਦੀ ਜਿਹੜੀ ਫੌਜ ਹੈ ਉਹਦੀ ਗਿਣਤੀ ਸਿਰਫ 4000 ਸੀ 16000 ਗਿਣਤੀ ਸੀ ਨੂਰਦੀਨ ਦੀ ਫੌਜ ਦੀ ਪਰ ਸਰਦਾਰ ਚੜਤ ਸਿੰਘ ਖਾਲਸਾਈ ਅਣਖ ਤੇ ਗੈਰਤ ਦੇ ਨਾਲ ਨੂਰਦੀਨ ਨੂੰ ਵੰਗਾਰਦਾ ਤੇ ਇੱਥੇ ਬੜੀ ਤਗੜੀ ਲੜਾਈ ਹੁੰਦੀ ਹੈ 4000 ਸਿੱਖ ਯੋਧਿਆਂ ਨੇ ਨੂਰਦੀਨ ਦੀਆਂ ਫੌਜਾਂ ਨੂੰ ਭਜਾ ਦਿੱਤਾ ਤੇ ਭੱਜ ਕੇ ਜਿਹੜਾ ਨੂਰਦੀਨ ਸੀ ਸਿਆਲਕੋਟ ਦੇ ਕਿਲੇ ਦੇ ਵਿੱਚ ਜਾ ਵੜਿਆ ਸਿੰਘਾਂ ਨੇ ਨੂੰ ਘੇਰਾ ਪਾ ਲਿਆ ਵੇਖੋ ਅਹਿਮਦ ਸ਼ਾਹ ਅਬਦਾਲੀ ਨੇ ਨੂਰਦੀਨ ਨੂੰ ਭੇਜਿਆ ਕਿ ਤੂੰ ਜਾ ਕੇ ਸਿੱਖ ਕੌਮ ਦਾ ਖੁਰਾਕ ਖੋਜ ਮਿਟਾ ਦੇ ਗੁਰੂ ਕੇ ਖਾਲਸੇ ਨੇ ਰਾਹ ਦੇ ਵਿੱਚ ਹੀ ਉਹਦਾ ਰਸਤਾ ਮਲਕੇ ਉਸ ਨੂੰ ਸਿਆਲਕੋੜ ਦੇ ਕਿਲੇ ਦੇ ਵਿੱਚ ਵੜਨ ਦੇ ਲਈ ਮਜਬੂਰ ਕਰ ਦਿੱਤਾ। ਸਿੰਘਾਂ ਦਾ ਇੰਨਾ ਡਰ ਇੰਨਾ ਖਾਫ ਜ਼ਾਲਿਮਾਂ ਦੇ ਦਿਲਾਂ ਦੇ ਵਿੱਚ ਬੈਠਾ ਤਵਾਰੀ ਕਾਖਦੀ ਹੈ ਕਿ ਜਿਹੜਾ ਨੂਰਦੀਨ ਹੈ ਰਾਤ ਦੇ ਸਮੇਂ ਭੇਸ ਬਦਲ ਕੇ ਕਿਲੇ ਦੇ ਵਿੱਚੋਂ ਆਪਣੀਆਂ ਫੌਜਾਂ ਨੂੰ ਛੱਡ ਕੇ ਨਿਕਲ ਜਾਂਦਾ ਹੈ। ਉਦਿੰਗਾ ਫੌਜਾਂ ਦੇ ਵਿੱਚੋਂ 4000 ਸਿਪਾਹੀ ਸਿੰਘਾਂ ਨੇ ਮਾਰ ਦਿੱਤੇ ਸੀ 12000 ਰਹਿ ਗਏ ਸੀ ਜਦੋਂ ਨੂਰਦੀਨ ਭੇਸ ਬਦਲ ਕੇ ਨਿਕਲ ਗਿਆ ਸਿਆਲਕੋਟ ਦੇ ਕਿਲੇ ਦੇ ਵਿੱਚੋਂ ਤੇ ਉਹਦੇ ਤੋਂ ਬਾਅਦ ਜਿਹੜੇ ਉਹਦੇ ਪੰਜ ਨਾਇਬ ਸੂਬੇਦਾਰ ਸਨ ਉਹ ਖਾਲਸਾ ਫੌਜ ਦੇ ਸਾਹਮਣੇ ਬਹੁਤ ਕੀਮਤੀ ਸੁਗਾਤਾਂ ਲੈ ਕੇ ਪੇਸ਼ ਹੋਏ ਨੇ ਨਿਮਰਤਾ ਦੇ ਨਾਲ ਤੇ ਖਾਲਸਾ ਫੌਜ ਨੂੰ ਉਹਨਾਂ ਨੇ ਬੇਨਤੀ ਕੀਤੀ ਸਰਦਾਰ ਚੜਤ ਸਿੰਘ ਨੂੰਾਂ ਨੂੰ ਕਿਰਪਾ ਕਰਕੇ ਸਾਡੀ ਜਾਨ ਬਖਸ਼ ਦਿਓ ਹੁਣ ਗੁਰੂ ਦਾ ਸਿਧਾਂਤ ਹੈ ਜੋ ਸ਼ਰਨ ਆਏ ਤਿਸ ਕੰਠ ਲਾਏ ਇਹ ਬਿਰਦ ਸੁਆਮੀ ਸੰਦਾ ਸਰਦਾਰ ਚੜਤ ਸਿੰਘ ਹੁਣਾ ਨੇ ਬਚੀ ਹੋਈ ਫੌਜ ਦੀ ਜਾਨ ਨੂੰ ਬਖਸ਼ ਦਿੱਤਾ ਨੂਰਦੀਨ ਨੇ ਜਾ ਕੇ ਅਹਿਮਦ ਸ਼ਾਹ ਬਦਾਲੀ ਨੂੰ ਫੇਰ ਦੱਸਿਆ ਕਿ ਜਿਹੜੇ ਗੁਰੂ ਕੇ ਸਿੰਘ ਨੇ ਇਹਨਾਂ ਨੇ ਸਾਨੂੰ ਫੇਰ ਲੱਕ ਤੋੜਵੀਂ ਹਾਰ ਦਿੱਤੀ ਉਹਨਾਂ ਸਮਿਆਂ ਦੇ ਵਿੱਚ ਵੀ ਤੇ ਅੱਜ ਵੀ ਆਪਾਂ ਵੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੜੇ ਗਦਾਰ ਲੋਕ ਵੀ ਹੁੰਦੇ ਨੇ ਬੜੇ ਮੁਖਬਰ ਲੋਕ ਹੁੰਦੇ ਨੇ ਜਿਹੜੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਰਹਿ ਕੇ ਨੇਕ ਚਾਲ ਚੱਲਣ ਵਾਲੇ ਅਤੇ ਜ਼ਾਲਮ ਤੇ ਜ਼ੁਲਮ ਕਰਨ ਵਾਲਾ ਭਾਵੇਂ ਕੋਈ ਭਾਵੇਂ ਸਰਕਾਰ ਹੋਵੇ ਹਕੂਮਤ ਹੋਵੇ ਜਾਂ ਕੋਈ ਹੋਵੇ ਉਹਨਾਂ ਦੀ ਵਿਰੋਧਤਾ ਕਰਨ ਵਾਲਿਆਂ ਦੀ ਮੁਖਬਰ ਲੋਕ ਸਰਕਾਰਾਂ ਨੂੰ ਇਤਲਾਹਾਂ ਦਿੰਦੇ ਨੇ ਅੱਜ ਕੱਲ ਵੀ ਆਪਾਂ ਬੜੇ ਵੇਖਾਂਗੇ ਆ ਕਿਸਾਨੀ ਦਾ ਮੋਰਚਾ ਚੱਲ ਰਿਹਾ ਹੈ ਜਿੱਥੇ ਪੰਜਾਬ ਦੇ ਪੁੱਤ ਅਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਧਰਤੀ ਦੇ ਪੁੱਤ ਆਪਣੀ ਗੈਰਤ ਤੇ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਲੜ ਰਹੇ ਨੇ ਉਥੇ ਜਿਹੜੇ ਮੁਖਬਰ ਕਿਸਮ ਦੇ ਲੋਕ ਨੇ ਉਹ ਆਪਣੇ ਹੀ ਭਰਾਵਾਂ ਦੀ ਮੁਖਬਰੀ ਕਰ ਕਰਕੇ ਉਹਨਾਂ ਦੇ ਮਨਸੂਬਿਆਂ ਨੂੰ ਫੇਲ ਵੀ ਕਰ ਰਹੇ ਨੇ ਜਦੋਂ ਅੱਜ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਜਾ ਰਹੇ ਨੇ ਤਾਂ ਜਿਹੜੇ ਮੁਖਬਰ ਨੇ ਨਵੇਂ ਮੁਖਬਰ ਇਹ ਉਸੇ ਤਰੀਕੇ ਦੇ ਨਾਲ ਆਪਣੇ ਪੁਰਾਣੇ ਕਿਰਦਾਰ ਨਿਭਾਰੇ ਨੇ ਉਹਨਾਂ ਸਮਿਆਂ ਦੇ ਵਿੱਚ ਵੀ ਮੁਖਬਰ ਹੁੰਦੇ ਸਨ ਇਹਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਸੀ ਉਹ ਸੀ ਜੰਡਿਆਲੇ ਦਾ ਹਰ ਭਗਤ ਨਰਨਜਣੀਆਂ ਤੇ ਅਕਾਲ ਦਾਸ ਕਹਿੰਦੇ ਨੇ ਜਿਹੜਾ ਅਕਾਲ ਦਾਸ ਹੈ ਇਹਨੂੰ ਕਈ ਵਾਰੀ ਸਿੰਘਾਂ ਨੇ ਸਮਝਾਇਆ ਸੀ ਕਿ ਬੰਦਾ ਬਣ ਜਾ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆਉਂਦਾ ਅਕਤੂਬਰ 1761 ਖਾਲਸੇ ਦਾ ਵਿਸ਼ੇਸ਼ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਬੰਦੀ ਛੋੜ ਦਿਹਾੜੇ ਦੇ ਉੱਤੇ ਹੁੰਦਾ ਹੈ ਇਥੇ ਕੌਮ ਨੇ ਪੰਜ ਮਤੇ ਪਾਸ ਕੀਤੇ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਸਿੱਖ ਕੌਮ ਦੀ ਅਣਖ ਦੇ ਵਾਸਤੇ ਇਹਨਾਂ ਮਤਿਆਂ ਦੇ ਵਿੱਚ ਇੱਕ ਮਤਾ ਐ ਵੀ ਸੀ ਕਿ ਮੁਖਬਰਾ ਨੂੰ ਪਹਿਲਾਂ ਸਮਝਾਇਆ ਜਾਵੇ ਜਿਹੜੇ ਹਕੂਮਤ ਜਿਹੜੀ ਹਕੂਮਤ ਜ਼ਬਰ ਤੇ ਜ਼ੁਲਮ ਕਰ ਰਹੀ ਹੈ ਪਹਿਲਾਂ ਮੁਖਬਰਾ ਨੂੰ ਸਮਝਾਇਆ ਜਾਵੇ ਤੇ ਜੇ ਇਹ ਨਾ ਮੰਨਣ ਤੇ ਇਹਨਾਂ ਦਾ ਇਥੋਂ ਬੀਜ ਨਾਸ਼ ਕਰ ਦਿੱਤਾ ਜਾਵੇ ਮੁਖਬਰਾ ਨੂੰ ਸੋਧ ਦਿੱਤਾ ਜਾਵੇ ਇਹ ਮਤੇ ਪਾਸ ਹੋਏ ਖਾਲਸੇ ਨੇ ਮਤੇ ਪਾਸ ਕੀਤੇ ਤੇ ਪਾਸ ਕੀਤੇ ਹੋਏ ਮਤਿਆਂ ਦੇ ਮੁਤਾਬਕ ਅਕਲਦਾਸ ਨੂੰ ਕਿਹਾ ਗਿਆ ਕਿ ਬੰਦਾ ਬਣ ਜਾ ਸਿੰਘਾਂ ਦੀ ਮੁਖਬਰੀ ਕਰਨੀ ਛੱਡ ਦੇ ਨਹੀਂ ਤੇ ਸਾਡੇ ਹੱਥਿਓਂ ਸੋਧਿਆ ਜਾਵੇਗਾ ਅਕਲਦਾਸ ਨੇ ਆਪਣੇ ਬੰਦੇ ਭੇਜ ਕੇ ਖਾਲਸਾ ਕੌਮ ਦੇ ਕੋਲੋਂ ਦਿਲੋਂ ਨਹੀਂ ਪਰ بارੋਂ-ਬਾਰੋਂ ਖਿਮਾ ਮੰਗ ਲਈ ਮਾਫੀ ਮੰਗ ਲਈ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਖਾਲਸਾ ਕੌਮ ਦੇ ਮਤੈ ਧੋਕੇ ਚੱਲਾਂਗਾ ਖਾਲਸਾ ਪੰਥ ਦੇ ਕਦੀ ਉਲਟ ਨਹੀਂ ਚੱਲਾਂਗਾ ਕਿਉਂਕਿ ਉਸ ਵੇਲੇ ਭਾਵੇਂ ਕਿਸੇ ਨੇ ਐਲਾਨ ਨਹੀਂ ਸੀ ਕੀਤਾ ਪਰ ਪੰਜਾਬ ਦੇ ਅੰਦਰ ਖਾਲਸੇ ਦਾ ਰਾਜ ਹੋ ਚੁੱਕਾ ਸੀ ਛੋਟੀਆਂ-ਛੋਟੀਆਂ ਮਿਸਲਾਂ ਵੱਡੇ-ਵੱਡੇ ਪਾਸੇ ਵਡਿੰਗਾਂ ਮਲਾ ਮਾਰ ਕੇ ਇਥੇ ਰਾਜ ਕਰਨ ਲੱਗੀਆਂ ਸਾਰੀਆਂ ਮਿਸਲਾਂ ਜਿਹੜੀਆਂ ਨੇ ਦਲ ਖਾਲਸਾ ਦੇ ਨਾਮ ਹੇਠ ਇਕੱਠੀਆਂ ਸੀ ਅੱਡੋ-ਅੱਡ ਭਾਵੇਂ ਰਾਜ ਸਨ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਦੇ ਹੇਠਾਂ ਸਭ ਇਕੱਠੇ ਹੋ ਜਾਂਦੇ ਸੀ ਸਿੰਘਾਂ ਨੇ ਅਕਲਦਾਸ ਨੂੰ ਸਨੇਹਾ ਦਿੱਤਾ ਬੰਦਾ ਬਣ ਜਾ ਤੇ ਉਹਨੇ ਚਲਾਕੀ ਵਰਤਦਿਆਂ ਇੱਕ ਵਾਰੀ ਸਿੱਖਾਂ ਦੇ ਕੋਲੋਂ ਮਾਫੀ ਮੰਗ ਲਈ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਕਦੀ ਵੀ ਤੁਹਾਡੇ ਖਿਲਾਫ ਨਹੀਂ ਜਾਵਾਂਗਾ ਪਰ ਇਹਨੇ ਅੰਦਰ ਖਾਤੇ ਜਿਹੜਾ ਲਾਹੌਰ ਦਾ ਸੂਬੇਦਾਰ ਸੀ 우ਬੈਦ ਖਾਨ ਸਰਹੰਦ ਦਾ ਸੂਬੇਦਾਰ ਸੀ ਜੈਨ ਖਾਨ ਮਲੇਰ ਕੋਟਲੇ ਦਾ ਸੂਬੇਦਾਰ ਸੀ ਪੀਕਨ ਖਾਨ ਇਹਨਾਂ ਦੇ ਰਾਹੀਂ ਅਹਿਮਦ ਸ਼ਾਹ ਅਬਦਾਲੀ ਤੱਕ ਇਹ ਗੱਲ ਪਹੁੰਚਾਈ ਕਿ ਜੇ ਜਲਦੀ ਤੋਂ ਜਲਦੀ ਸਿੱਖ ਕੌਮ ਦਾ ਖੁਰਾ ਖੋਜ ਨਾ ਮਟਾਇਆ ਗਿਆ ਤੇ ਇਥੇ ਪੱਕੇ ਤੌਰ ਦੇ ਉਤੇ ਰਾਜ ਭਾਗ ਖਾਲਸੇ ਦਾ ਆ ਜਾਵੇਗਾ ਇਹਨਾਂ ਨੂੰ ਫਿਰ ਰੋਕਿਆ ਨਹੀਂ ਜਾ ਸਕਦਾ ਇਹਨਾਂ ਦਾ ਝੰਡਾ ਪੂਰੇ ਮੁਲਕ ਦੇ ਉੱਤੇ ਝੂਲ ਜਾਵੇਗਾ ਇਸ ਕਰਕੇ ਜਲਦੀ ਤੋਂ ਜਲਦੀ ਇਹਨਾਂ ਦਾ ਖਰਾ ਖੋਦ ਮਿਟਾ ਦਿੱਤਾ ਜਾਵੇ ਇਹ ਜਿਹੜਾ ਮੁਖਬਰ ਸੀ ਅਕਲਦਾਸ ਇਹ ਦੀਆਂ ਸੂਹਾ ਅਮਿਤ ਸ਼ਾਹ ਬਦਾਲੀ ਤੱਕ ਜਾਂਦੀਆਂ ਵੱਖ-ਵੱਖ ਹੋਰ ਵੱਡੇ ਮੁਖਬਰਾਂ ਦੇ ਰਾਈ ਸੂਬੇਦਾਰਾਂ ਦੇ ਰਾਈ ਸੂਬੇਦਾਰ ਕਹਿੰਦੇ ਨੇ ਕਿ ਸਾਡੇ ਵਾਸਤੇ ਬਹੁਤ ਔਖਾ ਹੋ ਗਿਆ ਹੈ ਰਾਜ ਇੱਥੇ ਸਿੰਘਾਂ ਦਾ ਹੀ ਹੈ ਅਸੀਂ ਨਾਮ ਦੇ ਸੂਬੇਦਾਰ ਰਹਿ ਗਏ ਹਾਂ ਅਹਿਮਦ ਸ਼ਾਹ ਅਬਦਾਲੀ 1761 ਦੇ ਵਿੱਚ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ ਜਦੋਂ ਮੁਲਕ ਨੂੰ ਵਾਪਸ ਜਾ ਰਿਹਾ ਹੈ ਤੇ ਸਿੱਖਾਂ ਨੇ ਉਹਨੂੰ ਲੁੱਟ-ਪੋਟ ਲਿਆ ਉਹਦੇ ਭੇਜੇ ਹੋਏ ਫੌਜਦਾਰ ਨੂਰਦੀਨ ਨੂੰ ਸੁੱਧਾ ਲਾਇਆ ਹੈ ਉਹਨੂੰ ਹਾਰ ਦਿੱਤੀ ਹੈ ਇੰਨਾਂ ਗੱਲਾਂ ਕਰਕੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਐ ਉਹ ਪੱਕਾ ਫੈਸਲਾ ਕਰਦਾ ਕਿ ਇਸ ਵਾਰੀ ਮੈਂ ਜਿਹੜਾ ਹਮਲਾ ਕਰਾਂਗਾ ਸਿਰਫ ਤੇ ਸਿਰਫ ਸਿੱਖ ਕੌਮ ਦਾ ਖੁਰਾ ਖੋਦ ਮਿਟਾਉਣ ਦੇ ਵਾਸਤੇ ਕਰਾਂਗਾ ਇੱਕੋ ਹੀ ਨਿਸ਼ਾਨਾ ਹੈ ਦੇਸ਼ ਪੰਜਾਬ ਦੇ ਵਿੱਚੋਂ ਸਿੰਘਾਂ ਦਾ ਖੁਰਾ ਖੋਦ ਮਿਟਾ ਦਿੱਤਾ ਜਾਵੇਗਾ ਇਸ ਕਰਕੇ ਤਵਾਰੀਖ ਲਿਖਦੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਮੁਲਕ ਦੇ ਅੰਦਰ ਜਿਹਾਦ ਦਾ ਨਾਰਾ ਦਿੱਤਾ ਹੈ ਜਿਹਾਦ ਦਾ ਮਤਲਬ ਉਹਨੇ ਇਹੀ ਕੱਢਿਆ ਕਿ ਇਹ ਜਿਹੜੇ ਸਿੱਖ ਨੇ ਸਾਡੇ ਵਾਸਤੇ ਖਤਰਾ ਬਣ ਗਏ ਨੇ ਅਸੀਂ ਜਿਹਹਾਦ ਦੇ ਝੰਡੇ ਦੇ ਹੇਠ ਇਕੱਠੇ ਹੋ ਕੇ ਇਹ ਕਾਫਰਾਂ ਦੀ ਕੌਮ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਕੇ ਰੱਖ ਦਵਾਂਗੇ ਇਹਨਾਂ ਦਾ ਨਾਮੋ ਨਿਸ਼ਾਨ ਮੇੜ ਦਵਾਂਗੇ ਜਿਹਹਾਦ ਦੇ ਨਾਮ ਦੇ ਉੱਤੇ ਇੱਕ ਪਾਸੇ ਅਹਿਮਦ ਸ਼ਾਹ ਬਦਾਲੀ ਲੱਖਾਂ ਲੜਨ ਵਾਲਿਆਂ ਦਾ ਇਕੱਠ ਕਰ ਲੈਂਦਾ ਹੈ ਤੇ ਦੂਜੇ ਪਾਸੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਆਖਦਾ ਹੈ ਕਿ ਪੂਰੀਆਂ ਤਿਆਰੀਆਂ ਰੱਖੋ ਲਾਹੌਰ ਦੇ ਸੂਬੇਦਾਰ 우ਬੈਦ ਖਾਨ ਨੂੰ ਆਖਦਾ ਹੈ ਕਿ ਆਪਣੀ ਫੌਜ ਨੂੰ ਤਿਆਰ ਕਰ ਲਓ ਮਲੇਰ ਕੋਟਲੇ ਦੇ ਨਵਾਬ ਪੀਖਨ ਖਾਨ ਨੂੰ ਆਖਦਾ ਹੈ ਕਿ ਪੂਰੀ ਤਿਆਰੀ ਖਿੱਚ ਲਓ ਐਸ ਵਾਰੀ ਜਿਹੜਾ ਹਮਲਾਵੇਗਾ ਇਹ ਸਿਰਫ ਤੇ ਸਿਰਫ ਸਿੱਖ ਕੌਮ ਦਾ ਖੁਰਾ ਖੋਜ ਮਟਾਉਣ ਦੇ ਵਾਸਤੇ ਹੋਵੇਗਾ ਕਹਿੰਦੇ ਨੇ ਕਿ ਸਿੱਖ ਕੌਮ ਨੂੰ ਕਨਸੋ ਪੈ ਗਈ ਹੈ ਕਿ ਅਹਿਮਦ ਸ਼ਾਹ ਅਬਦਾਲੀ ਸਿੱਖ ਕੌਮ ਦਾ ਖੁਰਾ ਖੋਜ ਮਟਾਉਣ ਦੇ ਵਾਸਤੇ ਜਲਦੀ ਤੋਂ ਜਲਦੀ ਸਾਡੇ ਮੁਲਕ ਦੇ ਉੱਤੇ ਹਮਲਾ ਕਰਨ ਵਾਲਾ ਹੈ ਇਹੀ ਕਾਰਨ ਸੀ ਕਿ ਖਾਲਸਾ ਕੌਮ ਨੇ ਫੈਸਲਾ ਕੀਤਾ ਕਿ ਸਾਡੇ ਲਈ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜਨਾ ਕੋਈ ਵੱਡੀ ਗੱਲ ਨਹੀਂ ਸਮੂੱਚੀ ਕਾਮ ਗੁਰੂ ਕਾ ਖਾਲਸਾ ਅਹਿਮਦ ਸ਼ਾਹ ਅਬਦਾਲੀ ਨੂੰ ਮੈਦਾਨੇ ਯੰਗ ਦੇ ਵਿੱਚ ਟਕਰੇਗਾ ਪਰ ਉਹਦੇ ਤੋਂ ਪਹਿਲਾਂ ਬੱਚਿਆਂ ਬੀਬੀਆਂ ਤੇ ਬਜ਼ੁਰਗਾਂ ਨੂੰ ਕਿਸੇ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾ ਦਿੱਤਾ ਜਾਵੇ। ਤੋਂ ਜਿਹੜੇ ਗੁਰੂ ਕੇ ਸਿੱਖ ਸਨ ਇਹ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਬਾਹ ਹਿਫਾਜ਼ਤ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੇ ਲਈ ਤੁਰ ਪੈਂਦੇ ਨੇ। ਜਗਰਾਉਂ ਵਾਲੇ ਪਾਸਿਓਂ ਮਲੇਰ ਕੋਟਲੇ ਵੱਲੋਂ ਆਉਂਦੇ ਨੇ ਇਹਨਾਂ ਦਾ ਨਿਸ਼ਾਨਾ ਸੀ ਕਿ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਬਿੱਕਾ ਨੇਰ ਦੂਰ ਛੱਡ ਆਈਏ ਉਹਦੇ ਤੋਂ ਬਾਅਦ ਮੈਦਾਨੇ ਯੰਗ ਦੇ ਵਿੱਚ ਆਣ ਕੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਇੱਕੋ ਵਾਰੀ ਆਸੀ ਲੜਾਈ ਲੜੀਏ ਕਿ ਉਹਦੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਮੁਲਕ ਦੇ ਉੱਤੇ ਹਮਲਾ ਨਾ ਕਰ ਸਕੇ ਕਿਵੇਂ ਗੁਰੂ ਕੇ ਸਿੱਖ ਅਹਿਮਦ ਸ਼ਾਹ ਅਬਦਾਲੀ ਦਾ ਕੋਪਰਹੀੜਾ ਦੇ ਸਥਾਨ ਦੇ ਉੱਤੇ ਮੁਕਾਬਲਾ ਕਰਦੇ ਨੇ ਕਿਵੇਂ ਵੱਡੇ ਸਾਕੇ ਵਾਪਰਦੇ ਨੇ ਤੇ ਕੌਮ ਸ਼ਹੀਦ ਹੁੰਦੀ ਆ ਇਹ ਸਾਰੀਆਂ ਵਿਚਾਰਾਂ ਅਗਲੇ ਦੀਵਾਨ ਅੰਦਰ ਕਰਾਂਗੇ ਸਾਹਿਬ ਕਿਰਪਾ ਕਰਨ ਗੁਰੂ ਕਾ ਇਤਿਹਾਸ ਹਿਰਦੇ ਵਿੱਚ ਵਸੇ ਦੀ ਪੁਰ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ